ਜਿਵੇਂ ਗੱਡੀ ਚਲਾਉਣ ਵਾਲੇ ਦਾ ਬ੍ਰੈਥ ਐਨਾਲਿਸਿਸ ਟੈਸਟ ਕਰੀ ਜਾਣ ਕਿ ਇਹਨੇ ਪੀਤੀ ਸੀ ਕਿ ਸੋਫੀ ਸੀ, ਪਹਿਲਾਂ ਤਾਂ ਉਹਦਾ ਪਤਾ ਲੈਣਾ ਪੈਂਦਾ ਕਿ ਇਹ ਗੱਲ ਸੋਫੀ ਕਰ ਰਿਹਾ ਕਿ ਪੀਤੀ ਨੂੰ ਕਰ। ਇਸ ਲਈ ਭਗਵੰਤ ਮਾਨ ਜੀ ਦਾ ਤਾਂ ਗੁੱਸਾ ਕੋਈ ਨਹੀਂ ਮਨਾਉਂਦਾ, ਬੋਲੀ ਜਾਂਦੇ ਜਿਹੜੀ ਰਜਾ ਰਮਜਾ 'ਚ ਰਾਜੀ। ਪੰਜਾਬ 'ਚ 4 ਹਲਕਿਆਂ 'ਚ ਜ਼ਿਮਨੀ ਚੋਣਾਂ ਦਾ ਐਲਾਨ ਹੋ ਚੁੱਕਿਆ। ਸਾਰੀਆਂ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ। ਜਲਾਲਾਬਾਦ 'ਚ ਵੀ ਅਕਾਲੀ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਅਕਾਲੀ ਦਲ ਦੇ ਵੱਡੇ ਲੀਡਰਾਂ ਨੇ ਜਲਾਲਾਬਾਦ ਡੇਰੇ ਲਾਏ ਹੋਏ ਨੇ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਅਕਾਲੀ ਉਮੀਦਵਾਰ ਰਾਜ ਸਿੰਘ ਟਿੱਬੀਪੁਰਾ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ, ਪਰ ਨਾਲ ਹੀ ਕਾਂਗਰਸ ਸਰਕਾਰ ਦੀਆਂ 2.5 ਸਾਲ ਦੀਆਂ ਨੀਤੀਆਂ ਨੂੰ ਬੇਹੱਦ ਨਕਾਰਾ ਦੱਸਿਆ ਅਤੇ ਕਾਂਗਰਸ ਦੇ ਕੈਬਨਿਟ ਮੰਤਰੀਆਂ ਨੂੰ ਵੀ ਭੁੱਖ ਲਾਏ ਹੋਏ ਦੱਸਿਆ। ਕਿ ਅਸੀਂ 3 ਸਾਲ ਲੋਕਾਂ ਨੂੰ ਕਦੇ ਗੁਟਕਾ ਸਾਹਿਬ ਦੀਆਂ ਝੂਠੀਆਂ ਸਵਾਂ ਖਾ ਕੇ, ਕਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਰਬੰਸਦਾਨੀ ਦੇ ਚਰਨਾਂ ਦੀ ਝੂਠਾ ਸਵਾਂ ਖਾ ਕੇ, ਕਦੇ ਲੋਕਾਂ ਦੇ ਘਰਾਂ 'ਚ ਫਾਰਮ ਭਰਾ ਕੇ, ਪੰਜਾਬੀ ਜ਼ਬਾਨ ਵਾਲੇ ਲੋਕ ਹੈ ਅਤੇ ਪੰਜਾਬੀ ਜ਼ਬਾਨ ਵਾਲੇ ਲੋਕਾਂ ਨਾਲ ਕਾਂਗਰਸ ਨੇ ਵਿਸ਼ਵਾਸਘਾਤ ਕੀਤਾ। 3 ਸਾਲ ਦੀ ਪ੍ਰਾਪਤੀ 0, ਹੁਣ ਉਹ 0 ਦੀ ਪ੍ਰਾਪਤੀ 'ਤੇ ਇਹਨਾਂ ਨੂੰ ਹੰਕਾਰ ਹੋ ਗਿਆ ਕਿ ਨਹੀਂ ਅਸੀਂ ਨੋਟਾਂ ਨਾਲ ਜਿੱਤਾਂਗੇ। ਔਰ ਅੱਜ ਹਲਕੇ ਦੇ ਲੋਕ ਇਹ ਨਾਰਾ ਲਾਉਂਦੇ ਆ, ਨੋਟ ਮੀਰਾ ਦੇ ਵੋਟ ਗਰੀਬਾਂ ਦੇ। ਲੋਕ ਡਾਕਟਰ ਰਾਜ ਜੀ ਨੂੰ ਇਸ ਗੱਲ ਦੀ ਵੀ ਇੱਜ਼ਤ ਕਰਦੇ ਆ ਕਿ ਸਾਡਾ ਸਾਥੀ ਆ, ਮਾਦੜ ਸਾਥੀ ਆ, ਮਾਣ ਉਹਨੂੰ ਲੋਕਾਂ 'ਤੇ ਆ, ਔਰ ਦੂਜਿਆਂ ਨੂੰ ਮਾਣ ਨੋਟਾਂ 'ਤੇ। ਔਰ ਦੁੱਖ ਇਸ ਗੱਲ ਦਾ ਹੈ ਕਿ ਕਿਸੇ ਕਾਂਗਰਸੀ, ਮੈਂ ਅੱਜ ਕਾਂਗਰਸ ਨੂੰ ਪੁੱਛਦਾ ਕਿ ਜੋਸ਼ਨ ਸਾਹਿਬ 'ਚ ਤੁਹਾਨੂੰ ਕੋਈ ਗੁਣ ਨਹੀਂ ਲੱਭਿਆ, ਉਹਨਾਂ ਨੂੰ ਟਿਕਟ ਨਹੀਂ ਦਿੱਤੀ ਐਡੇ ਪੁਰਾਣੇ। ਚਲੋ ਤੁਸੀਂ ਹੋਰ ਕਿਸੇ ਨੂੰ ਨਹੀਂ ਤਾਂ ਉਹਨਾਂ ਨੂੰ ਦੇ ਦਿੰਦੇ, ਸ਼ੇਰ ਸਿੰਘ ਘਵਾਇਆ ਸਾਹਿਬ ਨੂੰ ਦੇ ਦਿੰਦੇ, ਉਹ ਤੁਹਾਡੀ ਕਾਂਗਰਸ ਪਾਰਟੀ ਦੀ ਸ਼ਾਨ ਨੇ, ਉਹਨਾਂ 'ਚ ਵੀ ਤੁਹਾਨੂੰ ਕੋਈ ਗੁਣ ਨਹੀਂ ਲੱਗੇ। ਔਰ ਮੇਰਾ ਸ਼ੇਰ ਸਿੰਘ ਜੀ ਘਵਾਇਆ ਸਾਹਿਬ ਨੂੰ ਇਸ ਵਾਰ ਕਿ ਜਦੋਂ ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਲੜਦੇ ਸੀ, ਤੁਸੀਂ ਬੜਾ ਹੌਕਾ ਦਿੰਦੇ ਸੀ, ਆਪਣੇ ਭਾਈਚਾਰੇ ਦਾ ਵੀ ਦਿੰਦੇ ਸੀ, ਆਪਦੀ ਗਰੀਬੀ ਦਾ ਵੀ ਦਿੰਦੇ ਸੀ, ਅਤੇ ਅੱਜ ਕੀ ਗੱਲ ਹੋ ਗਈ ਕਿ ਅੱਜ ਤੁਹਾਡੇ ਉਹ ਅਸੂਲ ਬਦਲ ਗਏ ਆ। ਔਰ ਇਹ ਮੌਕਾ ਪ੍ਰਸਤੀ ਦੀ ਰਾਜਨੀਤੀ ਨੂੰ ਵੀ ਲੋਕ ਪਛਾਣ ਗਏ, ਔਰ ਹੱਕ ਸੱਚ ਦੀ ਅੱਜ ਲੋਕ ਪੰਜਾਬ ਦੇ ਜਲਾਲਾਬਾਦ ਹਲਕੇ 'ਚ ਜਾਂ ਦਾਖੇ ਨੂੰ ਜਾਂ ਇਹਨਾਂ 4 ਹਲਕਿਆਂ ਵੱਲ ਇਸ ਗੱਲ ਨਾਲ ਨਿਗਾਹ ਟਿਕਾ ਕੇ ਬੈਠੇ ਕਿ ਸਾਨੂੰ ਇਨਸਾਫ ਦਿਵਾਉਣ ਦਾ ਕੰਮ ਪੰਜਾਬੀਆਂ ਨੂੰ ਇਹ ਜਲਾਲਾਬਾਦ ਦੇ ਦਾਖੇ ਦੇ ਮੁਕੇਰੀਆਂ ਦੇ ਫਗਵਾੜੇ ਦੇ ਲੋਕ ਕਾਂਗਰਸ ਨੂੰ ਹਰਾ ਕੇ ਸਾਨੂੰ ਇਨਸਾਫ ਦਿੱਤਾ। ਸਰ, ਤ੍ਰਿਪਤ ਬਾਜਵਾ ਨੇ ਕਿਹਾ ਕਿ ਜਿਹੜੇ ਅੰਡੇ ਨੇ ਉਹ ਸ਼ਾਕਾਹਾਰੀ ਨੇ, ਹਿੰਦੂ ਜਾ ਗੁਰੂ ਨੇ ਉਹ ਜਾ ਕੇ ਪ੍ਰਚਾਰ ਕਰਨ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਕਾਂਗਰਸੀ ਤਾਂ ਐਡੇ ਬੁਕਲਾਹਟ 'ਚ ਨੇ, ਇਹ ਕੁਛ ਕਹਿ ਸਕਦੇ। ਇਹਨਾਂ ਨੂੰ ਵੀ ਪਤਾ ਪੁੱਠੀ ਗਿਣਤੀ ਸ਼ੁਰੂ ਆ, ਸਰਕਾਰ ICU 'ਚ ਆ, ਇਹ ਬਾਈ ਇਲੈਕਸ਼ਨ ਹਾਰ ਗਏ ਅਤੇ ਸਰਕਾਰ ਡਿੱਗ ਜਾਣੀ, ਸਰਕਾਰ ਟੁੱਟ ਜਾਣੀ ਹੈ, ਲੋਕਾਂ ਦੀ ਸਰਕਾਰ ਆਉਣੀ ਆ, ਔਰ ਉਸ ਹਾਲਾਤਾਂ 'ਚ ਇਹ ਬਹੁਤ ਕੁਛ ਬੋਲਦੇ। ਫਿਰ ਇਸ ਗੱਲ ਦਾ ਮੈਨੂੰ ਦੁੱਖ ਹੈ ਅਤੇ ਅਫਸੋਸ ਹੈ, ਮੈਂ ਇਹਨਾਂ ਗੱਲਾਂ ਨਾਲ ਬਿਲਕੁਲ ਨਹੀਂ ਸਹਿਮਤ, ਔਰ ਮੈਂ ਚਾਹੂੰਗਾ ਕਿ ਰੱਬ ਅਰਦਾਸ ਹੀ ਕਰ ਸਕਦਾ ਕਿ ਪਰਮਾਤਮਾ ਇਹਨਾਂ ਨੂੰ ਵੀ ਸਮਤ ਬਖਸ਼ੇ। ਨਾਲ ਹੀ ਬਿਕਰਮ ਮਜੀਠੀਆ ਨੇ ਆਪ ਦੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੂੰ ਸੀਰੀਅਸ ਨਾ ਲੈਣ ਦੀ ਤਜਵੀਜ਼ ਵੀ ਦਿੱਤੀ। ਮਜੀਠੀਆ ਨੇ ਕਿਹਾ ਕਿ ਖਾਦੀ ਪੀਤੀ 'ਚ ਉਹ ਕੁਝ ਵੀ ਬੋਲ ਸਕਦੇ ਨੇ। ਜਿਵੇਂ ਗੱਡੀ ਚਲਾਉਣ ਵਾਲੇ ਦਾ ਬ੍ਰੈਥ ਐਨਾਲਿਸਿਸ ਟੈਸਟ ਕਰੀ ਜਾਣ ਕਿ ਇਹਨੇ ਪੀਤੀ ਸੀ ਕਿ ਸੋਫੀ ਸੀ, ਪਹਿਲਾਂ ਤਾਂ ਉਹਦਾ ਪਤਾ ਲੈਣਾ ਪੈਂਦਾ ਕਿ ਇਹ ਗੱਲ ਸੋਫੀ ਕਰ ਰਿਹਾ ਕਿ ਪੀਤੀ ਨੂੰ ਕਰ। ਇਸ ਲਈ ਭਗਵੰਤ ਮਾਨ ਜੀ ਦਾ ਤਾਂ ਗੁੱਸਾ ਕੋਈ ਨਹੀਂ ਮਨਾਉਂਦਾ, ਬੋਲੀ ਜਾਂਦੇ ਜਿਹੜੀ ਰਜਾ ਰਮਜਾ 'ਚ ਰਾਜੀ। ਹਾਲਾਂਕਿ ਪੰਜਾਬ 'ਚ ਸਿਰਫ 4 ਹਲਕਿਆਂ 'ਚ ਜ਼ਿਮਨੀ ਚੋਣਾਂ ਹੋ ਰਹੀਆਂ ਨੇ, ਪਰ ਸਾਰੇ ਲੀਡਰ ਆਪਣੀਆਂ ਪਾਰਟੀਆਂ ਨੂੰ ਜਿਤਾਉਣ ਲਈ ਜ਼ੋਰੋ ਜ਼ੋਰ ਹੋ ਰਹੀਆਂ ਨੇ। ਜਲਾਲਾਬਾਦ ਅਕਾਲੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ, ਜਿੱਥੇ ਅਕਾਲੀ ਦਲ ਵੱਲੋਂ ਵਿਕਾਸ ਦਾ ਢਿੰਡੋਰਾ ਪਿੱਟਿਆ ਜਾਂਦਾ ਹੈ।
ਪਰ ਜਲਾਲਾਬਾਦ ਦੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਸੱਚਾਈ ਤਾਂ ਇਹ ਹੈ ਕਿ ਲੀਡਰ ਚੋਣਾਂ ਵੇਲੇ ਵੱਡੀਆਂ ਵੱਡੀਆਂ ਡਿੰਗਾਂ ਮਾਰਦੇ ਨੇ ਤੇ ਜਿੱਤਣ ਤੋਂ ਬਾਅਦ ਲੀਡਰਾਂ ਦਾ ਕੋਈ ਥੋਂ ਪਤਾ ਨਹੀਂ ਹੁੰਦਾ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।